पंजाबी सिंगर ते एक्टर गिप्पी गरेवाल जिसके बारे बीते कल तो खबर वायरल हो रही है कि गिप्पी गरेवाल के घर ते गोलियां नाल हमला किया गया है तो सोशल मीडिया से पाई एक पोस्ट तो कहा जा रहा है कि यह हमला बिश्नोई ग्रुप वालों किया गया है। तो दोस्तों हुण इस सब उपर सिद्धू मूसेवाला के पिता बलकौर सिंह का भी बयान आया है। बलकौर सिंह ने सिद्धू उत्ते हुए हमले की गल करते हुए इंडस्ट्री नूं की कहा, देखो अगे पूरी वीडियो। ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਪਿਛਲੇ 5 ਸਾਲ ਮੇਰੇ ਪੁੱਤ ਨੇ ਕਿਹੜੇ ਢੰਗ ਦੇ ਨਾਲ ਜ਼ਿੰਦਗੀ ਬਤੀਤ ਕੀਤੀ, ਤਰ੍ਹਾਂ ਤਰ੍ਹਾਂ ਦੇ ਐਲੀਗੇਸ਼ਨ ਲਾ ਕੇ ਉਹਨੂੰ ਦੁਨੀਆ ਤੋਂ ਰੁਖਸਤ ਕਰ ਦਿੱਤਾ ਗਿਆ। ਇੰਡਸਟਰੀ ਦੀ ਹਾਲਤ ਅੱਜ ਵੀ ਉਹੀ ਹੈ। ਪਿਛਲੇ ਦਿਨਾਂ ਦੇ ਵਿੱਚ 1-2 ਕਲਾਕਾਰਾਂ ਤੇ ਹਮਲੇ ਹੋਏ, ਕਿਸੇ ਦੇ ਘਰਾਂ ਤੇ ਫਾਇਰਿੰਗ ਹੋਈ। ਅਸੀਂ ਜੋ 1.5-2 ਸਾਲ ਪਹਿਲਾਂ ਅਸੀਂ ਜਿਉਂਦੇ ਜੀ ਦਾ ਸਾਡੇ ਤੇ ਵਿਸ਼ਵਾਸ ਹੀ ਨਹੀਂ ਕਰਿਆ ਕਿਸੇ ਨੇ, ਪਰੰਤੂ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਅਸੀਂ ਕਿਹਾ ਇੰਡਸਟਰੀ ਦੇ ਲੋਗੋ, ਅੱਜ ਇਸ ਅੱਗ ਨੇ ਮੇਰਾ ਘਰ ਤਬਾਹ ਕੀਤਾ, ਕੱਲ ਨੂੰ ਇਹ ਅੱਗ ਤੁਹਾਡੇ ਦਰਾਂ ਤੇ ਵੀ ਆਊ, ਤੁਹਾਨੂੰ ਇਕੱਠੇ ਹੋਣਾ ਚਾਹੀਦਾ ਹੈ। ਪਰੰਤੂ ਕੋਈ ਨਹੀਂ ਹੋਇਆ। ਵਜ੍ਹਾ ਕੀ ਹੈ ਭਲੀ ਭਾਂਤ ਜਾਣਦੇ ਆ, ਅੱਧਾ ਕੁ ਵਰਗ ਜਿਹੜਾ ਖੁਸ਼ ਹੋ ਕੇ ਪੈਸੇ ਦੇ ਰਿਹਾ, ਅੱਧੇ ਕੁ ਦੀ ਉਹ ਬਾਂਹ ਨੂੰ ਬਟਾ ਦੇ ਕੇ ਲੈ ਲੈਣਗੇ, ਨਹੀਂ ਦੇਣਗੇ। ਤੁਹਾਨੂੰ ਕੋਲ ਤਾਂ ਹੀ ਹੈ, ਇਹ ਕੇਵਲ ਤੇ ਕੇਵਲ ਡਰਾਮੇਬਾਜ਼ੀ ਹੈ, ਕੇਵਲ ਤੇ ਕੇਵਲ ਹਊਆ ਖੜਾ ਕੀਤਾ ਜਾ ਰਿਹਾ। ਮੌਜੂਦਾ ਇੰਡਸਟਰੀ ਦੇ ਜੋ ਵੀ ਹਾਲਾਤ ਹੋਣਗੇ ਤੁਹਾਡੇ ਸਾਹਮਣੇ ਆ ਜਾਣਗੇ। ਮੈਂ ਬਹੁਤਾ ਇਸ ਗੱਲ ਦੇ ਉੱਤੇ ਨਾ ਬੋਲਾਂ, ਕਿਉਂਕਿ ਕਹਿੰਦੇ ਨੇ ਜਿਹਦੀਆਂ ਅੱਖਾਂ ਦੁਖਣਗੀਆਂ ਉਹ ਪੱਟੀਆਂ ਫਿਰ ਆਪੇ ਕਰ ਲੂਗਾ। ਇਸ ਤੋਂ ਪਹਿਲਾਂ ਆਇਆ ਕੋਈ ਨਹੀਂ। ਅਸੀਂ 1.5 ਸਾਲ ਦਾ ਮੈਂ ਤੁਹਾਡੇ ਰੂਬਰੂ ਹੋ ਕੇ ਸੰਗਤ ਦੇ ਨਾਲ ਗੱਲਾਂ ਬਾਤਾਂ ਕਰਦਾ, ਦੁੱਖ ਸਾਂਝਾ ਕਰਦਾ ਤੁਹਾਡਾ ਸਾਰਾ, ਪਰੰਤੂ ਇੱਕ ਵੀ ਬੰਦੇ ਨੇ ਇਹਦੇ ਹੱਕ ਦੇ ਵਿੱਚ ਕੋਈ ਬਿਆਨ ਨਹੀਂ ਦਿੱਤਾ। ਔਰ ਜਿਹੜੇ ਬੰਦੇ ਕਾਰੋਬਾਰੀ ਨੇ ਜਾਂ ਕਲਾਕਾਰ ਨੇ ਅਦਾਕਾਰ ਨੇ ਉਹਨਾਂ ਨੂੰ ਇਹਨਾਂ ਦੇ ਗੋਡੀ ਹੱਥ ਲਾਉਣੇ ਪੈਣਗੇ। ਆਹ ਮੌਜੂਦਾ ਹਾਲਾਤ ਇਸ ਗੱਲ ਦਿੱਤਾ ਜਾਵੇ।